ਡਾਕਟਰ ਬਲਵਿੰਦਰ ਗਿੱਲ ਆਟਿਜ਼ਮ ਦੇ ਮਾਹਰ ਡਾਕਟਰ ਹਨ। ਅੱਜ ਉਹ ਆਟਿਜ਼ਮ ਦੇ ਲੱਛਣ ਦੱਸਣਗੇ ਕਿ ਗੁੱਝੇ ਤੇ ਜ਼ਾਹਰਾ ਤੌਰ ਤੇ ਵਿਜ਼ੀਬਲ ਤੇ ਇਨਵਿਜ਼ੀਬਲ ਲੱਛਣ ਕੀ ਹੁੰਦੇ ਨੇ। ਅੱਛਾ ਡਾਕਟਰ ਸਾਹਿਬ, ਇਹ ਦੱਸੋ ਮੈਨੂੰ ਬਈ ਜਿਹੜਾ ਆਟਿਜ਼ਮ ਦੇ ਸਾਈਨਸ ਕੀ ਨੇ, ਮੁੱਢਲੀ ਜਿਹੜੀ ਜਾਣਕਾਰੀ ਆ ਉਹ ਕਿੱਥੋਂ ਪਤਾ ਲੱਗੇਗੀ ਕਿ ਇਹ ਸਾਡੇ ਬੱਚੇ ਨੂੰ ਆਟਿਜ਼ਮ ਹੋਣ ਵਾਲਾ ਹੈ ਜਾਂ ਹੋ ਰਿਹਾ ਹੈ, ਅਤੇ ਇਹਦੇ ਕਾਰਨ ਕੀ ਨੇ? ਜਿਹੜੇ ਤਿੰਨ ਲੱਛਣ ਹੈਗੇ ਆ ਉਹ ਤਿੰਨੋਂ ਹੋਣੇ ਚਾਹੀਦੇ, ਮੌਜੂਦ ਹੋਣੇ ਚਾਹੀਦੇ ਆ ਆਟਿਜ਼ਮ ਦੇ ਡਾਇਗਨੋਸਿਸ ਲਈ। ਪਹਿਲਾ ਹੈਗਾ ਜਿਹਨੂੰ ਅਸੀਂ ਕਹਿੰਦੇ ਸਪੀਚ ਐਂਡ ਲੈਂਗੁਏਜ, ਬੋਲ ਅਤੇ ਬੋਲੀ। ਜਿਹੜੇ ਆਟਿਜ਼ਮ ਵਾਲੇ ਬੱਚੇ ਉਹਨਾਂ ਦੇ ਬੋਲਣ ਦੇ ਵਿੱਚ ਸਫਾਈ ਨਹੀਂ ਹੁੰਦੀ ਹੈਗੀ ਆ, ਜਿਹੜੀ ਲੈਂਗੁਏਜ ਹੈਗੀ ਆ ਉਹਨਾਂ ਜਿਹੜਾ ਕਿਵੇਂ ਕਿਸ ਨਾਲ ਗੱਲਬਾਤ ਕਰਨੀ ਹੈ, ਕਿਵੇਂ ਗੱਲ ਸਮਝਾਉਣੀ ਆ, ਉਹਦੇ ਵਿੱਚ ਕਾਫੀ ਡਿਲੇ ਹੁੰਦੇ ਹੈਗੇ ਆ। ਦੂਜਾ ਇਹ ਹੈਗਾ ਦੂਜਾ ਲੱਛਣ ਹੈਗਾ ਆ ਸੋਸ਼ਲ ਕਮਿਊਨੀਕੇਸ਼ਨ ਦੇ ਵਿੱਚ, ਜਿਵੇਂ ਆਪਾਂ ਇੱਕ ਦੂਜੇ ਨਾਲ ਅੱਖ ਸ਼ੱਖ ਪਾ ਕੇ ਗੱਲ ਕਰ ਲੈਂਦੇ ਹਾਂ ਜਾਂ ਇਸ਼ਾਰੇ ਨਾਲ ਗੱਲ ਸਮਝਾ ਲੈਂਦੇ ਹੈਗੇ ਹਾਂ। ਆਟਿਜ਼ਮ ਵਾਲੇ ਬੱਚੇ ਨੂੰ ਉਹ ਗੱਲ ਸਮਝ ਨਹੀਂ ਆਉਂਦੀ ਹੈਗੀ ਆ, ਜੇ ਉਹਨੇ ਕਿਸੇ ਨਾਲ ਸ਼ੇਅਰ ਕਰਨਾ ਹੈਗਾ ਟੋਆਏ, ਉਹਨਾਂ ਨੂੰ ਦੱਸਣਾ ਨਹੀਂ ਆਉਂਦਾ ਹੈਗਾ ਸਿਰ ਹਿਲਾ ਕੇ ਕਿ ਮੈਂ ਟੋਆਏ ਨਹੀਂ ਦੇਣਾ, ਅਤੇ ਜੇ ਕੋਈ ਦੂਜਾ ਬੱਚਾ ਲੈਣ ਦੀ ਕੋਸ਼ਿਸ਼ ਕਰਦਾ ਫਿਰ ਉਹਨੂੰ ਧੱਕਾ ਮਾਰ ਕੇ ਜਾਂ ਹੋਰ ਕਿਸੇ ਤਰੀਕੇ ਨਾਲ ਕਮਿਊਨੀਕੇਟ ਕਰਦੇ ਆ, ਕਿਉਂਕਿ ਜਿਹੜੀ ਨੋਰਮਲ ਸੋਸ਼ਲ ਕਮਿਊਨੀਕੇਸ਼ਨ ਆ ਉਹਦੇ ਵਿੱਚ ਡਿਲੇ ਹੁੰਦਾ। ਤੀਜਾ ਜਿਹੜਾ ਹੈਗਾ ਆ ਸਾਨੂੰ ਜ਼ਰੂਰੀ ਹੈਗਾ ਆਟਿਜ਼ਮ 'ਚ ਹੋਣਾ, ਉਹ ਹੈਗਾ ਆ ਜਿਵੇਂ ਅਸੀਂ ਕਹਿੰਦੇ ਰਿਪੈਟੇਟਿਵ ਬਿਹੇਵੀਅਰ, ਕਿ ਦੁਬਾਰਾ ਬਾਰ ਬਾਰ ਇੱਕੋ ਹੀ ਬਿਹੇਵੀਅਰ ਕਰੀ ਜਾਣਾ, ਜਿਵੇਂ ਰੋਕਿੰਗ ਅੱਗੇ ਪਿੱਛੇ ਹਿੱਲੀ ਜਾਣਾ ਜਾਂ ਹੱਥ ਮਾਰੀ ਜਾਣੇ ਹਵਾ ਦੇ ਵਿੱਚ, ਸਪਿਨਿੰਗ, ਇੱਦਾਂ ਦੇ ਸਾਰੇ ਬਿਹੇਵੀਅਰ ਜਿਹੜੇ ਰਿਪੈਟੇਟਿਵ ਬਿਹੇਵੀਅਰ ਹੈਗੇ ਆ। ਨਾਲ ਜਿਹਨੂੰ ਅਸੀਂ ਕਹਿੰਦੇ ਫਿਕਸਡ ਇੰਟਰਸਟ, ਮਾਨੀ ਕਿ ਕੋਈ ਚੀਜ਼ ਇੱਦਾਂ ਦੀ ਹੁੰਦੀ ਜਿਹਨੇ ਇੰਨਾ ਜ਼ਿਆਦਾ ਡੂੰਘਾ ਇੰਟਰਸਟ ਲੈ ਲੈਂਦੇ ਹੈਗੇ ਆ ਕਿ ਉਹਨਾਂ ਉਸ ਚੀਜ਼ ਬਾਰੇ ਸਾਰਾ ਕੁਝ ਪਤਾ ਕਰ ਲੈਂਦੇ ਹੈਗੇ ਆ, ਜਿਵੇਂ ਸੋਲਰ ਸਿਸਟਮ ਹੋ ਗਿਆ। ਕਈ ਬੱਚਿਆਂ ਨੂੰ ਜਿਹੜੇ ਮੈਥ ਵਿੱਚ ਬਹੁਤ ਗੁੱਡ ਆ, ਉਹਨਾਂ ਨੂੰ ਕੰਪਿਊਟਰ ਮਤਲਬ ਗੇਮਾਂ ਵਗੈਰਾ ਸਾਰੇ ਖੇਡਦੇ ਆ, ਉਹਨਾਂ ਦੇ ਕੰਪਿਊਟਰ ਵਿੱਚ ਜਿਵੇਂ ਕੋਡਿੰਗ ਆ ਕਿ ਕਿਵੇਂ ਉਹ ਜਿਹੜੀ ਮੈਥਮੈਟੀਕਲ ਕੈਲਕੂਲੇਸ਼ਨ ਜਿਹਨਾਂ ਨਾਲ ਕੰਪਿਊਟਰ ਪ੍ਰੋਗਰਾਮ ਬਣਦੇ ਹੈਗੇ ਆ, ਉਹਨਾਂ ਵਿੱਚ ਸਟਰੋਂਗ ਇੰਟਰਸਟ ਹੁੰਦਾ। ਕਈ ਬੱਚੇ ਜੀਨੀਅਸ ਲੈਵਲ 'ਤੇ ਹੈਗੇ ਇਹਨਾਂ ਚੀਜ਼ਾਂ ਦੇ ਵਿੱਚ। ਅੱਛਾ ਜੀ, ਹਾਂਜੀ। ਸੋ ਤਿੰਨੋਂ ਹੀ ਹੋਣੇ ਚਾਹੀਦੇ ਆ, ਤਿੰਨੋਂ ਲੱਛਣ ਹੋਣੇ ਚਾਹੀਦੇ ਆਟਿਜ਼ਮ ਕਹਿਣ ਲਈ। ਅਤੇ ਜਿਹੜਾ ਰਿਪੈਟੇਟਿਵ ਬਿਹੇਵੀਅਰ ਅਤੇ ਜਿਹੜਾ ਫਿਕਸਡ ਇੰਟਰਸਟ ਆ, ਔਰ ਉਹ ਕਿਸੇ ਕੰਡੀਸ਼ਨ ਨਹੀਂ ਹੁੰਦਾ, ਸਿਰਫ ਆਟਿਜ਼ਮ 'ਚ ਹੀ ਹੁੰਦਾ। ਅੱਛਾ ਡਾਕਟਰ ਸਾਹਿਬ, ਜਿਹੜੀ ਇਹ ਡਿਸਬਿਲਟੀਜ਼ ਨੇ ਬੱਚਿਆਂ ਦੇ ਵਿੱਚ, ਕਈ ਤਾਂ ਸਾਫ਼ ਨਜ਼ਰ ਆਉਂਦੀਆਂ ਨੇ, ਕਈ ਵਾਰੀ ਬੱਚੇ ਚੰਗੇ ਭਲੇ ਦੇਖਣ ਨੂੰ ਤੰਦਰੁਸਤ ਲੱਗਦੇ ਨੇ, ਲੇਕਿਨ ਉਹਨਾਂ ਦੀ ਇਨਵਿਜ਼ੀਬਲ ਡਿਸਬਿਲਟੀਜ਼ ਕੀ ਨੇ? ਸਰ, ਜਿਵੇਂ ਮੈਂ ਕਹਿੰਦਾ ਕਿ ਜਿਹੜੀ ਵਿਜ਼ੀਬਲ ਡਿਸਬਿਲਟੀ ਜਿਹਨੂੰ ਤੁਸੀਂ ਕਹਿ ਰਹੇ ਹਾਂ, ਕਿ ਜੇ ਕੋਈ ਵੀਲਚੇਅਰ 'ਚ ਹੈਗਾ ਆ ਜਾਂ ਕੋਈ ਪੌੜੀਆਂ ਨਾਲ ਤੁਰ ਰਿਹਾ ਹੈਗਾ, ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹਨੂੰ ਕਿਸੇ ਤਰ੍ਹਾਂ ਦੀ ਡਿਸੇਬਿਲਿਟੀ ਹੈਗੀ ਆ, ਉਹ ਵਿਜ਼ੀਬਲ ਡਿਸੇਬਿਲਿਟੀਜ਼ ਹੋ ਗਈਆਂ। ਲੇਕਿਨ ਜਿਹੜੀਆਂ ਦਿਮਾਗ ਦੀਆਂ ਡਿਸੇਬਿਲਿਟੀਜ਼ ਹੈਗੀਆਂ, ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ। ਲਰਨਿੰਗ ਡਿਸੇਬਿਲਿਟੀਜ਼ ਦਾ ਮਤਲਬ ਇਹ ਹੈਗਾ ਆ ਕਿ ਜੇ ਤੁਸੀਂ ਦੋ ਬੱਚੇ ਲੈਂਦੇ ਹੈਗੇ ਆ, ਇੱਕ ਜਿਹਨੂੰ ਪੜ੍ਹਨ ਦੇ ਵਿੱਚ ਲਿਖਣ 'ਚ ਕੋਈ ਪ੍ਰੋਬਲਮ ਨਹੀਂ ਗੀ, ਲੇਕਿਨ ਦੂਜੇ ਵਿੱਚ ਡਿਸੇਬਿਲਿਟੀ ਹੈਗੀ ਆ, ਬਿਨਾਂ ਡਿਸੇਬਿਲਿਟੀ ਵਾਲਾ ਬੱਚਾ ਹੈਗਾ ਆ ਉਹ ਹਮੇਸ਼ਾ ਹੀ ਗਾਂਹ ਲੰਘ ਜੂਗਾ, ਉਹਨੂੰ ਪੜ੍ਹਨ ਦੇ ਵਿੱਚ ਲਿਖਣ 'ਚ ਕੋਈ ਪ੍ਰੋਬਲਮ ਨਹੀਂ ਆਉਣੀ। ਸੋ ਜਿਹੜੇ ਬੱਚੇ ਡਿਸੇਬਲਡ ਹੈਗੇ ਆ ਲਰਨਿੰਗ ਦੇ ਵਿੱਚ, ਪੇਰੈਂਟਸ ਕਹਿੰਦੇ ਇਹਨੂੰ ਕਿਹੜੀ ਕੋਈ ਖਰਾਬੀ ਹੈਗੀ ਆ, ਇਹ ਵੀ ਬੜਾ ਸੋਹਣਾ ਬਾਕੀਆਂ ਵਾਂਗੂ ਹੈਗਾ, ਇਹ ਵੀ ਸਕੂਲੇ ਜਾਂਦਾ, ਇਹ ਐਵੇਂ ਹੀ ਜ਼ੋਰ ਨਹੀਂ ਲਾਉਂਦਾ ਹੈਗਾ, ਲਾਪਰਵਾਹ ਹੈਗਾ ਆ ਕਿ ਲੇਜ਼ੀ ਹੈਗਾ ਆ। ਲੇਕਿਨ ਜਿਹੜੀ ਲਰਨਿੰਗ ਡਿਸੇਬਿਲਿਟੀ ਹੈਗੀ ਆ, ਜਿੰਨਾ ਚਿਰ ਅਸੀਂ ਟੈਸਟ ਨਹੀਂ ਕਰਦੇ ਹਾਂ ਉਨਾ ਚਿਰ ਪਤਾ ਨਹੀਂ ਲੱਗਦਾ, ਜਦੋਂ ਟੈਸਟ ਕਰ ਵੀ ਲੈਂਦੇ ਹਾਂ, ਜਦੋਂ ਪੇਰੈਂਟਸ ਨੂੰ ਦੱਸਦੇ ਵੀ ਆ ਕਿ ਤੁਹਾਡੇ ਬੱਚੇ ਨੂੰ ਲਰਨਿੰਗ ਡਿਸੇਬਿਲਿਟੀ ਹੈਗੀ ਆ, ਉਹਨਾਂ ਨੂੰ ਉਹ ਗੱਲ ਸਮਝ ਨਹੀਂ ਆਉਂਦੀ ਹੈਗੀ ਆ। ਸੋ ਤਾਂ ਇਸ ਕਰਕੇ ਜ਼ਰੂਰੀ ਹੈਗਾ ਸਮਝਣਾ ਕਿ ਇਹ ਡਿਸੇਬਿਲਿਟੀ ਇਨਵਿਜ਼ੀਬਲ ਆ, ਲੇਕਿਨ ਇਹਦਾ ਜਿਹੜਾ ਅਸਰ ਹੈਗਾ ਜਾਂ ਜਿਹੜਾ ਇਹਦਾ ਨੁਕਸਾਨ ਹੈਗਾ ਆ, ਉਹ ਓਨਾ ਹੀ ਹੁੰਦਾ ਹੈਗਾ ਜਿੰਨੇ ਵਿਜ਼ੀਬਲ ਡਿਸੇਬਿਲਿਟੀ ਵਾਲੇ ਲੋਕਾਂ 'ਚ। ਇਸ ਦਾ ਮਜ਼ਾਕ ਜੋ ਹੋ ਰਿਹਾ ਹੈ, ਇਸ ਰੈਡ ਐਫ ਐਮ।